ਜਦੋਂ ਮੈਂ ਜਿਮ 'ਚ ਆਈ ਤਾਂ ਮੇਰੀ ਵਰਗੀਆਂ ਹੋਰ ਵੀ ਔਰਤਾਂ ਸੀ ਜਿਹਨਾਂ ਨੂੰ ਕਿਤੇ ਮੋਟਾਪੇ ਦੀ ਪ੍ਰੋਬਲਮ ਹੈਗੀ ਹੈ, ਕਿਤੇ ਬੀ ਪੀ ਦੀ ਪ੍ਰੋਬਲਮ ਹੈਗੀ ਹੈ, ਕਿਤੇ ਥਾਇਰਡ ਦੀ ਪ੍ਰੋਬਲਮ, ਮਤਲਬ ਕਾਫੀ ਸਾਰੀਆਂ ਬਿਮਾਰੀਆਂ ਹੈਗੀਆਂ। ਤਾਂ ਮੈਂ ਦੇਖਿਆ ਕਿ ਜੇਕਰ ਮੈਂ ਠੀਕ ਹੋ ਸਕਦੀ ਤਾਂ ਉਹਨਾਂ ਔਰਤਾਂ ਨੂੰ ਵੀ ਠੀਕ ਕਰਾਂ। ਲੋਕ ਕਹਿੰਦੇ ਸੀ ਕਿ ਇਹਨੂੰ ਕੀ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਲੇਡੀਜ਼ ਨੂੰ ਕੰਮ ਕਰਨਾ ਇੱਥੇ ਦੇ ਲੋਕ ਸਹੀ ਨਹੀਂ ਸਮਝਦੇ ਹੈਗੇ, ਔਰ ਈਵਨ ਕਿ ਜਿਮ 'ਚ ਕੰਮ ਕਰਨਾ। ਮੀਨਾਕਸ਼ੀ ਦਾ ਕੀ ਮੋਟਿਵ ਹੈ ਕਿ ਇਸ ਲਾਈਨ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ? ਸਭ ਨੂੰ ਹੈਲਥ ਫਿਟ ਰੱਖਣਾ ਚਾਹੁੰਦੀ ਹੈ, ਚਾਹੇ ਕੋਈ ਮੇਲ ਹੈ, ਫੀਮੇਲ ਹੈ, ਬੱਚੇ ਹੈ, ਕੋਈ ਵੀ ਨਹੀਂ ਹੈ, ਸਭ ਨੂੰ ਫਿਟ ਰੱਖਣਾ ਚਾਹੁੰਦੀ ਹੈ। ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਔਰਤ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਨਾ ਸਿਰਫ ਥਾਇਰਾਇਡ ਵਰਗੀ ਬਿਮਾਰੀ ਨੂੰ ਮਾਤ ਦਿੱਤੀ ਬਲਕਿ ਹੋਰਨਾਂ ਔਰਤਾਂ ਨੂੰ ਵੀ ਸਿਹਤ ਪੱਖੀ ਸਲਾਹ ਦੇ ਕੇ ਉਹਨਾਂ ਦੀ ਜ਼ਿੰਦਗੀ ਬਦਲ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਮੇਰੇ ਨਾਲ ਇਸ ਵਕਤ ਮੀਨਾਕਸ਼ੀ ਜੀ ਮੌਜੂਦ ਨੇ। ਮੀਨਾਕਸ਼ੀ ਜੀ, ਪਹਿਲਾਂ ਥੋੜ੍ਹਾ ਆਪਣੇ ਬਾਰੇ ਦੱਸੋ, ਕਿਵੇਂ ਤੁਸੀਂ ਥਾਇਰਾਇਡ ਤੋਂ ਗ੍ਰਸਤ ਹੋਵੇ ਅਤੇ ਕਿਵੇਂ ਇਸ ਥਾਇਰਾਇਡ ਨੂੰ ਤੁਸੀਂ ਮਾਤ ਦਿੱਤੀ? ਸਰ, ਮੇਰੇ ਕੋਵਿਡ ਦੌਰਾਨ ਥਾਇਰਾਇਡ ਹੋਇਆ ਸੀ, ਮੈਨੂੰ ਬੜੀ ਵੀਕਨੈਸ ਫੀਲ ਹੁੰਦੀ ਸੀ, ਜਦ ਮੈਂ ਚੈੱਕ ਕਰਾਇਆ ਤਾਂ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਆਈ। ਫਿਰ ਸਰ, ਮੈਂ ਇਹਦੇ ਬਾਰੇ ਪੜ੍ਹਿਆ ਕਿ ਤੁਸੀਂ ਐਕਸਰਸਾਈਜ਼ ਕਰੋਗੇ ਤਾਂ ਤੁਹਾਡੀ ਅੱਧੀ ਪ੍ਰੋਬਲਮ ਹਟ ਜਾਏਗੀ। ਫਿਰ ਸਰ, ਮੈਂ ਹੌਲੀ ਹੌਲੀ ਐਕਸਰਸਾਈਜ਼ ਸਟਾਰਟ ਕੀਤੀ ਅਤੇ ਮੈਂ ਥਾਇਰਾਇਡ ਦਾ ਥੋੜ੍ਹਾ ਦਵਾਈ ਬੰਦ ਕਰ ਦਿੱਤੀ ਹੈਗੀ ਹੈ। ਇਸ ਵਕਤ ਤੁਸੀਂ ਜਿਮ ਦੇ ਵਿੱਚ ਇੱਕ ਟ੍ਰੇਨਰ ਦੇ ਰੂਪ ਦੇ ਵਿੱਚ ਕੰਮ ਕਰੇ ਕਰਦੇ ਹੋ। ਥਾਇਰਾਇਡ ਦੇ ਤੁਸੀਂ ਦੱਸਿਆ ਕਿ ਮੈਂ ਐਕਸਰਸਾਈਜ਼ ਕਰਦੀ ਸੀ, ਐਕਸਰਸਾਈਜ਼ ਕਰਨ ਤੋਂ ਬਾਅਦ ਕਿਵੇਂ ਤੁਸੀਂ ਟ੍ਰੇਨਰ ਦਾ ਸਫ਼ਰ ਤੈਅ ਕੀਤਾ, ਉਸ ਬਾਰੇ ਥੋੜ੍ਹਾ ਜਾਣਕਾਰੀ? ਸਰ, ਜਦੋਂ ਮੈਂ ਜਿਮ 'ਚ ਆਈ ਤਾਂ ਮੇਰੀ ਵਰਗੀਆਂ ਹੋਰ ਵੀ ਔਰਤਾਂ ਸੀ ਜਿਹਨਾਂ ਨੂੰ ਕਿਤੇ ਮੋਟਾਪੇ ਦੀ ਪ੍ਰੋਬਲਮ ਹੈਗੀ ਹੈ, ਕਿਤੇ ਬੀ ਪੀ ਦੀ ਪ੍ਰੋਬਲਮ ਹੈਗੀ ਹੈ, ਕਿਤੇ ਥਾਇਰਾਇਡ ਦੀ ਪ੍ਰੋਬਲਮ, ਮਤਲਬ ਕਾਫੀ ਸਾਰੀਆਂ ਬਿਮਾਰੀਆਂ ਹੈਗੀਆਂ। ਤਾਂ ਮੈਂ ਦੇਖਿਆ ਕਿ ਜੇਕਰ ਮੈਂ ਠੀਕ ਹੋ ਸਕਦੀ ਤਾਂ ਉਹਨਾਂ ਔਰਤਾਂ ਨੂੰ ਵੀ ਠੀਕ ਕਰਾਂ। ਇੱਕ ਜੇ ਟ੍ਰੇਨਰ ਦੀ ਗੱਲ ਕਰੀਏ, ਜਿਮ ਦੇ ਵਿੱਚ ਤੁਸੀਂ ਆਉਂਦੇ ਹੋ, ਘਰ ਪਰਿਵਾਰ ਵੀ ਦੇਖਦੇ ਹੋ, ਕੀ ਦਿਨਚਰਿਆ ਰਹਿੰਦੀ ਹੈ ਇੱਕ ਟ੍ਰੇਨਰ ਦੀ? ਸਰ, ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ, ਕਿਉਂਕਿ ਮੈਂ ਇੱਕ ਹਾਊਸ ਵਾਈਫ ਹੈ, ਮੇਰੇ ਬੱਚੇ ਵੀ ਹੈਗੇ ਸਰ, ਉਹਨਾਂ ਸਕੂਲ ਭੇਜਣਾ, ਫਿਰ ਘਰ ਦੀ ਫੈਮਿਲੀ ਨੂੰ ਵੇਖਣਾ, ਉਸਦੇ ਬਾਅਦ ਫਿਰ ਜਿਮ ਸਰ ਜਿਮ ਆਉਣਾ। ਅਸੀਂ ਇੱਕ ਚੀਜ਼ ਹੋਰ ਦੇਖਦੇ ਹਾਂ ਕਿ ਜਿਹੜੀ ਫੀਮੇਲ ਟ੍ਰੇਨਰ ਹੈਗਾ, ਕਿਉਂਕਿ ਛੋਟਾ ਸ਼ਹਿਰ ਹੈ ਆਪਣਾ, ਸਮਾਜ ਦੇ ਵਿੱਚ ਕਈ ਲੋਕ ਗੱਲਾਂ ਵੀ ਕਰਦੇ ਨੇ ਕਿ ਫੀਮੇਲ ਟ੍ਰੇਨਰ ਹੋਣੀ ਚਾਹੀਦੀ ਹੈ ਜਾਂ ਨਹੀਂ, ਤੁਹਾਡੇ ਪਰਿਵਾਰ ਦਾ ਤੁਹਾਨੂੰ ਸਹਿਯੋਗ ਸੀ? ਹਾਂਜੀ ਸਰ, ਪੂਰਾ ਸਹਿਯੋਗ ਸੀ ਸਰ। ਕੋਈ ਵਿਰੋਧ, ਕਿਸੇ ਵਿਰੋਧ ਵੀ ਕਈ ਵਾਰ ਲੋਕ ਬਹੁਤ ਕਰਦੇ, ਕਿਸੇ ਨੇ ਵਿਰੋਧ ਕੀਤਾ ਇਸ ਚੀਜ਼ ਦਾ? ਹਾਂ ਸਰ, ਸ਼ੁਰੂ ਸ਼ੁਰੂ 'ਚ ਹੋਇਆ ਸੀ, ਲੋਕ ਕਹਿੰਦੇ ਸੀ ਕਿ ਇਹਨੂੰ ਕੀ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਲੇਡੀਜ਼ ਨੂੰ ਕੰਮ ਕਰਨਾ ਇੱਥੇ ਦੇ ਲੋਕ ਸਹੀ ਨਹੀਂ ਸਮਝਦੇ ਹੈਗੇ, ਔਰ ਈਵਨ ਕਿ ਜਿਮ 'ਚ ਕੰਮ ਕਰਨਾ। ਕਿਉਂ ਜਿਮ ਦੇ ਵਿੱਚ ਕਿਉਂ ਲੋਕਾਂ ਦੀ ਧਾਰਨਾ ਇੱਦਾਂ ਦੀ ਵੀ ਇੱਕ ਟ੍ਰੇਨਰ ਜਿਮ ਦੇ ਵਿੱਚ ਕੰਮ ਕਰਨਾ ਕਿਉਂ ਸਹੀ ਨਹੀਂ ਸਮਝਦਾ? ਸਰ, ਉਹ ਪਤਾ ਪਰ ਲੇਡੀਜ਼ ਨੂੰ ਜਿਮ 'ਚ ਕੰਮ ਕਰਨਾ ਲੋਕ ਪਸੰਦ ਹੈ, ਕਿਉਂਕਿ ਕਈ ਜਿਮਾਂ ਦਾ ਮਾਹੌਲ ਇੱਦਾਂ ਹੁੰਦਾ ਹੈ, ਪਰ ਜਿੱਥੇ ਮੈਂ ਕੰਮ ਕਰਨੀ ਸਰ, ਉਹ ਜਿਮ ਦਾ ਮਾਹੌਲ ਬਹੁਤ ਚੰਗਾ ਹੈਗਾ। ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਬੜਾ ਬਦਲਾਵ ਆਇਆ ਹੋਇਆ ਅੱਜ ਕੱਲ੍ਹ, ਜੇ ਅੱਜ ਕੱਲ੍ਹ ਦੀ ਗੱਲ ਕਰੀਏ ਸਮਾਜ ਦੇ ਵਿੱਚ, ਜਿਮ ਦੇ ਵਿੱਚ ਵੀ ਬੜਾ ਬਦਲਾਵ ਹੈਗਾ। ਪਹਿਲਾਂ ਜਿਮ ਦੇ ਵਿੱਚ ਜਾਂਦੇ ਸੀ ਐਕਸਰਸਾਈਜ਼ਾਂ, ਅੱਜ ਕੱਲ੍ਹ ਬੜੀਆਂ ਸਿਹਤ ਪੱਖੀ ਠੀਕ ਕਰਨ ਵਾਸਤੇ ਬੜੀਆਂ ਚੀਜ਼ਾਂ ਆਈਆਂ, ਜਿੱਦਾਂ ਡਾਂਸ ਫੋਰਮ ਵੀ ਚੱਲਦਾ ਹੈ ਜਿਮ ਦੇ ਵਿੱਚ, ਜ਼ੁੰਬਾ ਕਲਾਸਿਸ ਜਾਂ ਕੋਈ ਹੋਰ ਹੁੰਦਾ, ਕੀ ਹੁੰਦਾ ਫੋਰਮ, ਥੋੜ੍ਹਾ ਇਸ ਬਾਰੇ ਵੀ ਦੱਸ। ਸਰ, ਜਿੱਦਾਂ ਐਰੋਬਿਕਸ, ਜ਼ੁੰਬਾ, ਭੰਗੜਾ, ਕਾਰਡੀਓ ਸੈਕਸ਼ਨ ਔਰ ਵੇਟ ਟ੍ਰੇਨਿੰਗ, ਇਹ ਆਪਾਂ ਲੇਡੀਜ਼ ਨੂੰ ਕਰਵਾਉਂਦੇ ਹੈਗੇ। ਔਰ ਸਰ, ਇੱਕ ਐਕਸਰਸਾਈਜ਼ ਕਰਦੇ ਬੰਦੇ ਲੇਡੀਜ਼ ਦਾ ਦਿਮਾਗ ਇੱਕ ਸ਼ਾਂਤ, ਮਤਲਬ ਇੱਕ ਟਾਈਮ ਕੱਢਣਾ ਚਾਹੀਦਾ ਪਹਿਲੀ ਘੰਟਾ ਇੱਕ ਲੇਡੀਜ਼ ਨੂੰ, ਜੋ ਲੇਡੀਜ਼ ਕੰਮ ਕਰਦੀਆਂ ਹੈਗੀਆਂ ਸਰ, ਉਹ ਸਾਰਾ ਦਿਨ ਘਰ ਦੇ ਕੰਮ ਤੋਂ ਡਿਪਰੈਸ਼ਨ ਦੀ ਮਰੀਜ਼ ਹੋ ਜਾਂਦੀ ਹੈ, ਕਿਉਂਕਿ ਹਰ ਘਰ ਦੀ ਕੋਈ ਪ੍ਰੋਬਲਮ ਹੁੰਦੀ ਹੈਗੀ ਆ, ਪਰ ਆਪਣੇ ਲਈ ਇੱਕ ਘੰਟਾ ਟਾਈਮ ਕੱਢਣਾ ਚਾਹੀਦਾ ਲੇਡੀਜ਼ ਨੂੰ। ਪਹਿਲਾਂ ਬੜਾ ਆਮ ਲੋਕ ਜਿਹੜੇ ਖੇਡਾਂ ਖੇਡਦੇ ਸੀ, ਨਿਆਣੇ ਗਰਾਊਂਡਾਂ ਹੁੰਦੀਆਂ ਸੀ, ਅੱਜ ਕੱਲ੍ਹ ਗਰਾਊਂਡਾਂ ਖਤਮ ਹੋ ਗਈਆਂ। ਕੀ ਲੱਗਦਾ ਜਿਮ ਕਿੰਨਾ ਜ਼ਰੂਰੀ ਹੈ ਆਮ ਵਿਅਕਤੀ ਦੇ ਲਈ? ਸਰ, ਜਿਮ ਬਹੁਤ ਜ਼ਰੂਰੀ ਹੈਗੀ, ਅੱਜ ਕੱਲ੍ਹ ਦੇ ਬੱਚੇ ਵੀ ਵੱਡੇ ਵੀ ਦੇਖੋ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਆ, ਉਹ ਫੋਨ 'ਤੇ ਲੱਗਣ ਦੇ ਕਾਰਨ ਕਈ ਬਿਮਾਰੀ ਹੁੰਦੀਆਂ, ਬਟ ਛੋਟੇ ਬੱਚਿਆਂ ਨੂੰ ਮਤਲਬ ਕਈ ਪ੍ਰੋਬਲਮ ਸਟਾਰਟ ਹੁੰਦੀ ਬੱਚਿਆਂ ਨੂੰ, ਜਿੱਦਾਂ ਵੱਡਿਆਂ ਨੂੰ ਵੀ ਬੈਕ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ। ਸਾਨੂੰ ਆਪਾਂ ਨੂੰ ਇੱਕ ਘੰਟਾ ਆਪਣੇ ਲਈ ਟਾਈਮ ਕੱਢਣਾ ਚਾਹੀਦਾ, ਚਾਹੇ ਛੋਟੇ ਹੋ, ਵੱਡੇ ਹੋ, ਚਾਹੇ ਜ਼ਿਆਦਾ ਬਜ਼ੁਰਗ ਵਾਲੇ ਵੀ ਹੈ, ਉਹਨਾਂ ਇੱਕ ਟਾਈਮ ਇੱਕ ਘੰਟਾ ਆਪਣੇ ਐਕਚੁਅਲੀ ਕੱਢਣਾ ਚਾਹੀਦਾ। ਮੋਟਿਵ ਕੀ ਹੈ, ਮੀਨਾਕਸ਼ੀ ਦਾ ਕੀ ਮੋਟਿਵ ਹੈ ਕਿ ਇਸ ਲਾਈਨ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ? ਸਰ, ਮੈਂ ਕੀ ਕਹਿੰਦਾ, ਸਭ ਨੂੰ ਹੈਲਥ ਫਿਟ ਰੱਖਣਾ ਚਾਹੁੰਦੀ ਹਾਂ, ਚਾਹੇ ਕੋਈ ਮੇਲ ਹੈ, ਫੀਮੇਲ ਹੈ, ਬੱਚੇ ਹੈ, ਕੋਈ ਵੀ ਨਹੀਂ ਹੈ, ਸਭ ਨੂੰ ਫਿਟ ਰੱਖਣਾ ਚਾਹੁੰਦੀ ਹਾਂ। ਕਦੇ ਹੋਇਆ ਨਹੀਂ ਮਹਿਸੂਸ ਕਿ ਜਦੋਂ ਜਿਮ ਆਉਂਦੇ ਹੋ, ਅਸੀਂ ਦੇਖਦੇ ਹਾਂ ਤਾਦਾਦ ਮੇਲ ਪਰਸਨ ਜ਼ਿਆਦਾ ਤਾਦਾਦ ਰਹਿੰਦੀ ਹੈ, ਅਤੇ ਉਸ ਚੀਜ਼ ਦਾ ਅਸੀਂ ਦੇਖਿਆ ਜਿਮ ਦੇ ਵਿੱਚ ਆ ਕੇ ਜਿਹੜਾ ਮੇਲ ਪਰਸਨ ਆ ਉਹਨਾਂ ਨੂੰ ਵੀ ਤੁਸੀਂ ਐਕਸਰਸਾਈਜ਼ ਹੁਣ ਲਗਵਾ ਰਹੇ ਹੋ, ਉਹ ਆ ਕੇ ਤੁਹਾਡੇ ਕੋਲ ਪੁੱਛ ਕੇ ਐਕਸਰਸਾਈਜ਼ ਲੈਂਦੇ ਪਏ, ਤਾਂ ਉਸ ਵੇਲੇ ਕਿਵੇਂ ਦਾ ਮਹਿਸੂਸ ਹੁੰਦਾ? ਸਰ, ਬਹੁਤ ਵਧੀਆ ਲੱਗਦਾ ਹੈਗਾ, ਬਹੁਤ ਚੰਗਾ ਲੱਗਦਾ ਹੈਗਾ। ਅਤੇ ਕੁਝ ਕਹਿਣਾ ਚਾਹੁੰਦੇ ਹੋ, ਕੁਛ
ਹੋਰਨਾ ਔਰਤਾਂ ਨੂੰ ਕਿਉਂਕਿ ਅੱਜ ਵੀ ਲੋਕ ਘਰਾਂ 'ਚ ਬੈਠੀਆਂ ਔਰਤਾਂ ਅੱਜ ਵੀ ਫੀਮੇਲਸ ਹੈ ਜਿਮ ਆਉਣ ਤੋਂ ਥੋੜ੍ਹਾ ਗੁਰੇਜ਼ ਕਰਦੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਸਰ ਕਹਿਣਾ ਚਾਹੁੰਦੇ ਕਿ ਜ਼ਰੂਰ ਆਓ ਜਿਮ 'ਚ ਜਿਮ ਆਪਣੀ ਸੋਚ ਚੰਗੀ ਹੈਗੀ ਹੈ ਤਾਂ ਕੋਈ ਕੁਝ ਕਹਿੰਦਾ ਨਹੀਂ ਹੈਗਾ ਆਪਣੇ ਲਈ ਬਾਕੀ ਇੱਕ ਘੰਟਾ ਆਪਣੇ ਟਾਈਮ ਜ਼ਰੂਰ ਕੱਢੇ ਔਰ ਇਹ ਸਨ ਸਾਡੇ ਨਾਲ ਮੀਨਾਕਸ਼ੀ ਜੀ ਜਿਨ੍ਹਾਂ ਨੇ ਦੱਸਿਆ ਕਿ ਕਿੰਨੀ ਸਾਡੀ ਲਾਈਫ ਦੇ ਵਿੱਚ ਜਿਹੜੀ ਐਕਸਰਸਾਈਜ਼ ਦੀ ਉਹਦੀ ਅਹਿਮੀਅਤ ਹੈਗੀ ਆ ਉਹਨੇ ਕਿਹਾ ਕਿ ਘੱਟੋ ਘੱਟ ਇੱਕ ਘੰਟਾ ਹਰ ਵਿਅਕਤੀ ਨੂੰ ਆਪਣੀ ਸਿਹਤ ਦੇ ਲਈ ਕੱਢਣਾ ਚਾਹੀਦਾ ਪਠਾਨਕੋਟ ਤੋਂ ਜਤੀ ਸ਼ਰਮਾ ਨਿਊਜ਼ 18 ਪੰਜਾਬ